ਸਾਰੀ ਬਹੁਤ ਅੱਛੀ ਚੱਲਾ ਸਾਹਿਬ ਨੇ ਆਪਣੀ ਟੀਮ ਬਣਾਈ ਹੈ, ਇਹਨਾਂ ਦੇ ਸਾਰੇ ਸਾਥੀ ਨੇ ਔਰ ਮਿਲ ਕੇ ਲਗਾਤਾਰ ਟੂਰਨਾਮੈਂਟਸ ਕਰ ਰਹੇ ਆ ਨਿਰਵਿਘਨ। ਔਰ ਮੈਂ ਸਮਝਦੀ ਹਾਂ ਕਿ ਕਈ ਵਾਰੀ ਸਾਡੀ ਸਰਕਾਰ ਨਹੀਂ ਵੀ ਸੀ ਤਾਂ ਵੀ ਇਹਨਾਂ ਨੇ ਟੂਰਨਾਮੈਂਟ ਆਪਣੇ ਚਾਲੂ ਰੱਖੇ ਨੇ। ਅੱਜ ਕੱਲ੍ਹ ਦੇ ਜ਼ਮਾਨੇ 'ਚ ਨੌਜਵਾਨ ਲਈ ਸਭ ਤੋਂ ਜਿਹੜਾ ਬਿਹਤਰ ਫੀਲਡ ਆ ਉਹ ਖੇਡਾਂ ਵਾਲਾ ਫੀਲਡ ਹੈ। ਇਸ ਪਾਸੇ ਵੱਲ ਅਸੀਂ ਰੁਝਾਨ ਕਰੀਏ ਤਾਂ ਅਸੀਂ ਨਸ਼ਿਆਂ ਤੋਂ ਵੀ ਹੋਰ ਬੁਰਾਈਆਂ ਤੋਂ ਵੀ ਦੂਰ ਲਿਆ ਸਕਦੇ ਹਾਂ। ਇਹ ਜਿਹੜਾ ਮੁੱਦਾ ਇਹਨਾਂ ਨੇ ਚੱਕਿਆ ਹੈ ਖੇਡਾਂ ਵਾਲੇ ਪਾਸੇ ਦਾ, ਇਹ ਬਹੁਤ ਸ਼ਲਾਘਾਯੋਗ ਹੈ। ਮੈਂ ਪ੍ਰਸ਼ੰਸਾ ਕਰਦੀ ਹਾਂ ਔਰ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਵੱਧ ਤੋਂ ਵੱਧ ਟਾਈਮ ਇੱਥੇ ਆਵਾਂ। ਮੈਂ ਮੁਬਾਰਕਬਾਦ ਦਿੰਦੀ ਹਾਂ ਇਹਨਾਂ ਨੂੰ ਵੀ, ਧੰਨਵਾਦ ਕਰਦੀ ਹਾਂ ਇਹਨਾਂ ਨੂੰ, ਸ਼ਾਬਾਸ਼ ਦਿੰਦੀ ਹਾਂ ਖਿਡਾਰੀਆਂ ਨੂੰ, ਮੁਬਾਰਕਬਾਦ ਦਿੰਦੀ ਹਾਂ। ਇਹ ਅੱਛਾ ਟੂਰਨਾਮੈਂਟ ਹੈ, ਸਾਰੇ ਬੱਚੇ ਸਾਡੇ ਨੌਜਵਾਨ ਇਹ ਇਸ ਤਰ੍ਹਾਂ ਦੇ ਰਸਤੇ ਵੱਲ ਆਉਣ ਤਾਂ ਕਿ ਖਿਡਾਰੀ ਦਾ ਇੱਕ ਨਾਮ ਹੁੰਦਾ, ਨੇਮ ਅਤੇ ਫੇਮ ਹੁੰਦੀ ਹੈ। ਅਸੀਂ ਸਾਡੇ ਪੰਜਾਬ ਦੇ ਬੰਦੇ ਖਿਡਾਰੀ ਹੈ ਕਿ ਆਉਣ ਸਾਰੇ ਬਹੁਤ ਮੁਬਾਰਕਾਂ ਦਿੰਦੀ ਹਾਂ। ਦੇਖੋ ਕਈ ਤਰ੍ਹਾਂ ਦੇ ਨਸ਼ੇ ਹੁੰਦੇ ਨੇ, ਜਿਸ ਤਰ੍ਹਾਂ ਕਹਿੰਦੇ ਬਿਮਾਰੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ। ਇੱਕ ਸੀਰੀਅਸ ਜਿਹੜੀਆਂ ICU 'ਚ ਲਿਜਾਉਣ ਵਾਲੀਆਂ ਹੁੰਦੀਆਂ, ਇੱਕ ਹੁੰਦੀ ਹੈ ਜਿਵੇਂ ਬਿਮਾਰੀ ਤਾਂ ਹੈਗੀ ਹੈ ਲੇਕਿਨ ਉਹ ਅਜੇ ਵੇਟ ਕਰ ਸਕਦੇ ਸੀ। ਪਹਿਲਾਂ ਸਭ ਤੋਂ ਪਹਿਲਾਂ ਜਿਵੇਂ ਡਰੱਗਸ ਜਿਹਨਾਂ ਨਾਂ ਸਿੰਥੈਟਿਕ ਡਰੱਗ ਹੋਇਆ ਜਾਨਲੇਵਾ, ਜਿਹਨੂੰ ਜਾਨਲੇਵਾ ਕਹਿੰਦੇ ਹਾਂ, ਸਾਡੀ ਸਰਕਾਰ ਨੇ, ਇਹ ਨਹੀਂ ਕਿ ਅਸੀਂ ਕੋਈ ਸ਼ਰਾਬ ਦੇ ਜਾਂ ਹੋਰ ਦੇ ਸ਼ੱਕ 'ਚ ਅਸੀਂ ਹੈਗੇ ਹਾਂ, ਲੇਕਿਨ ਜਿਹੜੀਆਂ ਮਾੜੀਆਂ ਬਿਮਾਰੀਆਂ ਭੈੜੀਆਂ ਬਿਮਾਰੀਆਂ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਕਿ ਨਵੀਆਂ ਹੀ ਇੱਥੇ ਆਈਆਂ, ਉਹ ਕੰਟੀਨਿਊਸਲੀ ਉਹ ਖਾਂਦੇ ਪੀਂਦੇ ਰਹਿਣ, ਬੰਦੇ ਤਾਂ ਅਪਾਹਜ ਵੀ ਹੋ ਜਾਂਦੇ ਆ। ਅਸੀਂ ਉਸ ਪਾਸੇ ਵੱਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਹੈ। ਉਹਨਾਂ ਨੇ ਕਿਹਾ ਸੀ ਅਸੀਂ ਨੱਥ ਪਾਵਾਂਗੇ, ਨੱਥ ਪਾਈ ਹੈ ਸਾਰੇ ਪਾਸੇ ਪਾਈ ਹੈਗੀ ਹੈ। ਲੇਕਿਨ ਇਹ ਠੀਕ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਨਸ਼ੇ ਬੰਦੇ ਨਾ ਕਰਨ, ਲੇਕਿਨ ਕਈ ਵਾਰੀ ਅਸੀਂ ਸਮਝਦੇ ਹਾਂ ਕਿ ਅੱਜ ਦੀ ਗੱਲ ਹੀ ਨਹੀਂ, ਸਾਡੇ ਆਮ ਵਿਆਹਾਂ ਸ਼ਾਦੀਆਂ ਸਾਰੀਆਂ ਥਾਵਾਂ 'ਤੇ ਜਿਹੜੀ ਡਰਿੰਕ ਹੈ ਜੇ ਲਿਮਿਟ ਵਿੱਚ ਜਾਂਦੇ ਆ ਤਾਂ ਲੋਕ ਪੀ ਲੈਂਦੇ ਨੇਗੇ, ਲੇਕਿਨ ਉਹਦੇ ਨਾਲ ਜਿਹੜੀ ਜਾਨਲੇਵਾ ਬਿਮਾਰੀ ਹੈ ਉਹਨੂੰ ਸਭ ਤੋਂ ਪਹਿਲਾਂ ਹੱਥ ਪਾਉਣਾ ਜ਼ਰੂਰੀ ਹੈ। ਵੀ ਸਾਰਾ ਸਾਨੂੰ ਆਇਆ ਨੂੰ ਕਿੰਨਾ ਚਿਰ ਹੋਇਆ ਜੀ? 6 ਮਹੀਨੇ ਮਸਾਂ ਹੋਇਆ। 6 ਮਹੀਨਿਆਂ ਦੇ ਵਿੱਚ ਤਾਂ ਆਪਾਂ ਸੋਚੀਏ ਕਿ ਆਪਣਾ ਬੋਰੀਆ ਬਿਸਤਰਾ ਸੰਭਾਲ ਕੇ ਸਰਕਾਰ ਮੁਸ਼ਕਲ ਨਾਲ ਬੈਠਦੀ ਹੈ, ਲੇਕਿਨ ਤੁਹਾਨੂੰ ਐਪਰੀਸ਼ੀਏਟ ਕਰਨਾ ਪਊ, ਲੋਕਾਂ ਨੂੰ ਕਰਨਾ ਪਊ ਕਿ ਅਸੀਂ ਇਹਨੂੰ ਪ੍ਰਿਓਰਟੀ ਬਣਾਈ। 2 ਲੱਖ ਤੱਕ ਦਾ ਕਰਜ਼ਾ ਤਾਂ ਇਮੀਡੀਏਟ ਪਹਿਲਾਂ ਹੀ ਕਹਿਤਾ, ਜਦੋਂ ਕਿ ਸਾਰਾ ਜਹਾਨ ਜਾਣਦਾ ਵੀ ਇਹ ਖਜ਼ਾਨਾ ਚੱਟ ਗਏ ਸੀ ਅਕਾਲੀ ਦਲ ਵਾਲੇ, ਕੋਈ ਪੈਸਾ ਨਹੀਂ ਛੱਡਿਆ ਸੀ। ਸੈਂਟਰ ਇੰਨਾ ਬੇਰੁਖਾ ਹੋ ਗਿਆ, ਹਾਈ ਕਮਾਂਡ ਹੈ ਜਿਹੜੀ ਮੋਦੀ ਸਾਹਿਬ, ਜਿਹਦੇ 'ਚ BJP ਵਾਲੇ ਇੱਥੇ ਵੀ ਬੈਠੇ ਨੇ, ਬਾਦਲ ਸਾਹਿਬ ਵੀ ਉਹਨਾਂ ਦੇ ਗੁਣਗਾਉਂਦੇ ਰਹੇ ਆ ਮੋਦੀ ਸਾਹਿਬ ਦੇ, ਉਹ ਇੰਨਾ ਬੇਰੁਖੀ ਦਿਖਾਈ ਉਹਨਾਂ ਨੇ ਕਿ ਉਹਨਾਂ ਨੇ ਸਾਡੀ ਗੱਲ ਹੀ ਨਹੀਂ ਸੁਣੀ। ਵਾਰ ਵਾਰ ਕਿੰਨੀਆਂ ਮੀਟਿੰਗਾਂ ਕਰਕੇ ਆਏ ਮੁੱਖ ਮੰਤਰੀ ਜੀ, ਉਹਨਾਂ ਨੇ ਕੁਛ ਨਹੀਂ ਕੀਤਾ, ਲੇਕਿਨ ਅਸੀਂ ਆਪਣੇ ਉਪਰਾਲੇ ਕਰ ਰਹੇ ਹਾਂ। ਪਹਿਲਾ ਕਦਮ ਤਾਂ ਪੱਟ ਲਿਆ ਨਾ ਸੀ, ਪਹਿਲਾ ਕਦਮ ਪੱਟ ਕੇ ਬਾਕਾਇਦਾ ਅਸੀਂ 2-2 ਲੱਖ ਦਾ ਕੀਤਾ, ਬਾਕੀ ਫਰਦਰ ਹੋਰ ਵੀ ਸਾਰਾ ਕੁਛ ਆਊਗਾ। ਰੌਲਾ ਹੀ ਨਹੀਂ, ਬੜੇ ਵੱਡੇ ਮਾਰਜਨ ਨਾਲ ਜਿੱਤਾਂਗੇ ਅਸੀਂ, ਲੱਖ ਤੋਂ ਉੱਪਰ ਵੱਧ ਮਾਰਜਨ ਨਾਲ ਜਿੱਤਾਂਗੇ, ਕਿਉਂਕਿ ਲੋਕ ਨਾ ਤਾਂ ਉੱਥੇ ਅਕਾਲੀਆਂ ਨੂੰ, ਨਾ ਉੱਥੇ ਜਿਹੜਾ ਅਸੈਂਬਲੀਆਂ ਹੋਈਆਂ ਪਿੱਛੇ ਆਪਾਂ ਦੇਖੀਆਂ, ਆਪ ਵਾਲਿਆਂ ਦਾ ਵੀ ਉੱਥੇ ਪੂਰਾ ਖਾਤਮਾ ਹੀ ਕੀਤਾ, ਕਿਸਮ ਦਾ ਅਕਾਲੀ ਦਲ ਦਾ ਖਾਤਮਾ ਕੀਤਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਬਹੁਤ ਵਧੀਆ ਸਾਡਾ ਉਮੀਦਵਾਰ ਹੈ, ਸਾਡੀ ਪਾਰਟੀ ਦਾ ਪ੍ਰਧਾਨ ਹੈ, ਜਾਖਰ ਫੈਮਿਲੀ ਮੰਨੀ ਪ੍ਰਮੰਨੀ ਫੈਮਿਲੀ ਹੈ ਔਰ ਸਾਰਾ ਮਾਝਾ ਦੇ ਵਿੱਚ ਪਹਿਲਾਂ ਹੀ ਲੋਕਾਂ ਨੇ ਹਮਦਰਦੀ ਦਿਖਾਈ ਹੈ, ਉਹ ਸੀਟ ਜਿੱਤਾਂਗੇ। ਨਹੀਂ, ਉਹ ਜਿੱਥੇ ਯੂਨੈਨਿਮਿਟੀ ਹੋਈ ਸਾਰਿਆਂ ਦੀ, ਸਾਰੇ ਹੀ ਲੋਕਲ ਦੇ ਸਲਾਹ ਨਾਲ ਹੀ ਹੋਇਆ, ਇਹ ਨਹੀਂ ਕਿ ਕਿਸੇ ਉੱਤੇ ਠੋਸਿਆ ਗਿਆ, ਸਾਰੇ ਲੋਕਲਾਂ ਨੇ ਮੈਜੋਰਟੀ ਦੇ ਵਿੱਚ, ਠੀਕ ਹੈ ਆਪੋ ਆਪਣੀ ਡਿਮਾਂਡ ਕਰਨੀ, ਆਪੋ ਆਪਣਾ ਹੱਕ ਹੁੰਦਾ, ਹਰ ਇੱਕ ਨੇ ਕੀਤੀ, ਲੇਕਿਨ ਨਾਲ ਹਰ ਇੱਕ ਨੇ ਕਿਹਾ ਕਿ ਸਾਨੂੰ ਆਹ ਦਿਨ ਸਾਰੇ ਇਕੱਠੇ ਹਾਂ। ਨਹੀਂ ਜੀ, ਮੈਂ ਦੱਸਦੀ ਹਾਂ ਜੋ ਕੁਛ ਵੀ ਸਾਡੀ ਸਰਕਾਰ ਦੇ ਧਿਆਨ 'ਚ ਆਊਗਾ, ਕੋਈ ਚੰਗੇ ਮਾੜੇ ਕੰਮ ਕਰਨ ਵਾਲੇ ਉਹਨਾਂ ਨੇ ਕਰਨਾ ਹੀ ਹੈ।